ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਗੁਰਾਇਆ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਚੋਰਾਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਚੋਰਾਂ ਵੱਲੋਂ ਪਿੰਡ ਬੀੜ ਬੰਸੀਆਂ 'ਚ ਇੱਕ NRI ਦੀ ਕੋਠੀ ਨੂੰ ਤੀਜੀ ਵਾਰ ਨਿਸ਼ਾਨਾ ਬਣਾਇਆ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਤੇ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਅਮਰੀਕਾ 'ਚ ਰਹਿੰਦੇ ਹਨ, ਜਿਨ੍ਹਾਂ ਦੀ ਕੋਠੀ ਦੀ ਦੇਖਭਾਲ ਉਹ ਕਰਦੇ ਹਨ। ਸਵੇਰੇ ਉਹਨਾਂ ਨੂੰ ਫੋਨ ਆਇਆ ਕਿ ਇੱਕ ਕਮਾਦ ਦੇ ਖੇਤਾਂ 'ਚ ਪਿੰਡ ਦੇ ਹੀ ਇੱਕ ਨੌਜਵਾਨ ਨੇ ਕੁਛ ਸਮਾਨ ਪਿਆ ਦੇਖਿਆ, ਜਿਸ ਦੀ ਸੂਚਨਾ ਉਹਨਾਂ ਨੇ ਪਿੰਡ ਵਾਸੀਆਂ ਨੂੰ ਦਿੱਤੀ। ਪਿੰਡ ਵਾਸੀਆਂ ਨੇ ਇਸ ਦੀ ਇੱਕ ਅਨਾਊਂਸਮੈਂਟ ਵੀ ਪਿੰਡ 'ਚ ਕਰਵਾਈ, ਤਾਂ ਜਦੋਂ ਪਿੰਡ ਦੀਆਂ ਕੋਠੀਆਂ ਚੈੱਕ ਕੀਤੀਆਂ ਤਾਂ ਪਤਾ ਲੱਗਾ ਕਿ ਚੋਰ ਨੇ ਬਹਾਦੁਰ ਸਿੰਘ ਬਾਸੀ ਦੀ ਕੋਠੀ 'ਚ ਦਾਖਲ ਹੋ ਕੇ ਅੰਦਰੋਂ ਇੱਕ LCD ਗੱਡੀ ਦੀ ਬੈਟਰੀ, ਘਰ ਦੀਆਂ ਟੂਟੀਆਂ, ਸ਼ਰਾਬ ਦੀ ਬੋਤਲ, ਬੈਗ ਅਤੇ ਹੋਰ ਸਮਾਨ ਚੋਰੀ ਕੀਤਾ ਹੈ, ਜੋ ਪਿੰਡ ਦੇ ਖਮਾਦ 'ਚੋਂ ਬਰਾਮਦ ਹੋਇਆ। ਉਹਨਾਂ ਕਿਹਾ ਕਿ ਕੋਠੀ 'ਚ ਪਹਿਲਾਂ ਵੀ 2 ਵਾਰੀ ਚੋਰੀ ਹੋ ਚੁੱਕੀ ਹੈ, ਜਿਸ ਦੀ FIR ਵੀ ਥਾਣਾ ਗੁਰਾਇਆਂ 'ਚ ਦਰਜ ਹੈ, ਲੇਕਿਨ ਪੁਲਿਸ ਚੋਰ ਨਹੀਂ ਫੜ ਸਕੀ। ਹੁਣ ਫਿਰ ਚੋਰ ਵਾਰਦਾਤ ਕਰਦੇ ਹੋਏ ਨੁਕਸਾਨ ਕਰ ਗਏ ਹਨ। ਉਹਨਾਂ ਮੰਗ ਕਰਦੇ ਹੋਏ ਕਿਹਾ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਬਹਾਦਰ ਸਿੰਘ ਦੀ ਕੋਠੀ ਆ, ਪਹਿਲਾਂ ਵੀ ਇੱਕ 2 ਵਾਰੀ ਇਹਦੇ 'ਚ ਚੋਰੀ ਹੋ ਚੁੱਕੀ ਆ। ਅੱਜ ਜਿਹੜੀ ਰਾਤ ਨੂੰ ਫੇਰ ਟੂਟੀਆਂ LCD ਭੰਨ ਤੋੜ ਬਹੁਤ ਕੀਤੀ ਅੰਦਰ, ਅਤੇ ਮੇਰਾ ਪਿੰਡ ਕਾਦੀਆਂ ਆ, ਮੈਂ ਉੱਥੋਂ ਰਹਿੰਦਾ। ਇੱਥੋਂ ਪਤਾ ਲੱਗਾ ਜਦੋਂ ਮੈਂ ਆਇਆ ਤਾਂ ਹੁਣ ਜਿੰਦਾ ਖੋਲ੍ਹ ਕੇ ਦੇਖਿਆ ਬਹੁਤ ਭੰਨ ਤੋੜ ਕੀਤੀ। ਕੀ ਕੁਛ ਅੰਦਰੋਂ ਲੈ ਕੇ ਗਏ? LCD ਟੂਟੀਆਂ ਅਤੇ ਬਾਕੀ ਹੋਰ ਸਮਾਨ, ਕੱਪੜੇ, ਬੈਟਰੀ ਗੱਡੀ ਦੀ, ਦਰਵਾਜ਼ੇ ਸਾਰੇ। ਅਤੇ ਇਸ ਕਰਕੇ ਵੀ ਉਹ ਜਿਹੜਾ ਸਮਾਨ ਆ ਉਹ ਪੁਲਿਸ ਵਾਲੇ ਥਾਣੇ ਲੈ ਲਏ। ਹਾਂਜੀ, ਪਹਿਲਾਂ ਵੀ ਚੋਰੀ ਹੋਈ ਆ, ਪਹਿਲਾਂ 2 ਵਾਰੀ ਹੋਈ ਆ। ਇੱਕ ਵਾਰੀ ਸੋਨਾ ਸਾਨਾ ਸੀਗਾ ਨੂੰਹ ਦਾ, ਉਹ ਸਾਰਾ ਹੀ ਲੈ ਗਏ। ਉਹਦਾ ਵੀ ਨਹੀਂ ਪਤਾ ਲੱਗਾ ਹਾਲੇ? ਨਹੀਂ ਜੀ, ਹਾਲੇ ਤੱਕ ਕੋਈ ਪਤਾ ਨਹੀਂ ਲੱਗਾ। ਅਤੇ FIR ਦਰਜ ਆ ਗ੍ਰਾਂ ਥਾਣੇ 'ਚ। ਇੱਥੇ ਚੋਰੀ ਹੋਈ ਆ ਜੀ, LCD ਸੀਗੀ ਇੱਕ, ਅਤੇ ਬਾਕੀ ਟੂਟੀਆਂ ਸੀਗੀਆਂ, ਹੋਰ ਘਰ ਦਾ ਸਮਾਨ ਸੀ, ਤਾਂ ਇੱਕ ਗੱਡੀ ਦੀ ਬੈਟਰੀ ਲਾਈ ਪਈ ਸੀ, ਉਹ ਵੀ ਲੱਗਾ ਜੀ। ਅੱਛਾ ਜੀ, ਅਤੇ ਮਿਲਿਆ ਕਿੱਥੋਂ ਸਮਾਨ? ਮਿਲਿਆ ਰੌੜਕੇ ਰੋਡ ਤੋਂ, ਕਮਾਦੀ 'ਚੋਂ ਮਿਲਿਆ ਜੀ। ਅੱਛਾ ਜੀ, ਉੱਥੋਂ ਕਿਹੜਾ ਪਤਾ ਲੱਗਾ ਜੀ? ਫਿਰ ਉੱਥੇ ਬੰਦਾ ਸਵੇਰ ਨੂੰ ਲੈਟਰਿੰਗ ਗਿਆ ਸੀ, ਉਹਨੇ ਦੇਖਿਆ ਜੀ, ਅਤੇ ਫਿਰ ਉੱਥੋਂ ਪਤਾ ਲੱਗਾ, ਉਹਨੇ ਪਿੰਡ ਆ ਕੇ ਦੱਸਿਆ, ਅਤੇ ਫਿਰ ਹੌਲੀ ਹੌਲੀ ਇਨਕੁਆਇਰੀ ਕੀਤੀ ਤਾਂ ਫਿਰ ਪਤਾ ਲੱਗਾ ਜਿੱਧਰ ਬਹਾਦਰ ਸਿੰਘ ਉਹਨਾਂ ਦੇ ਘਰੋਂ ਹੋਈ ਸੀ। ਘਰ ਦੇ ਕਿੱਥੇ ਆ ਕੋਠੀ? ਇਹ ਜੀ ਅਮਰੀਕਾ ਰਹਿੰਦੇ ਆ। ਅੱਛਾ ਜੀ, ਇਹ 10 ਸਾਲ ਹੋ ਗਏ ਆ ਅਮਰੀਕਾ ਗਏ ਆ। ਪਹਿਲਾਂ ਵੀ ਚੋਰੀ ਹੋਈ ਕੋਈ? ਪਹਿਲਾਂ ਹਾਂਜੀ, ਇਹਨਾਂ ਦੇ ਲੜਕੇ ਦਾ ਵਿਆਹ ਸੀਗਾ, ਵਿਆਹ ਤੋਂ ਕੁਛ ਦਿਨ ਬਾਅਦ 'ਚ ਘਰ ਦਾ ਸਾਰਾ ਸਮਾਨ ਕੁਛ ਸੀਗਾ, ਉਹ ਸਾਰਾ ਸੋਨਾ ਵੀ ਸੀ, ਹੋਰ ਵੀ ਜੋ ਘਰ 'ਚ ਹੁੰਦਾ ਹੀ ਆ ਸਮਾਨ, ਮੇਨ ਲੈ ਗਏ ਸੀਗੇ। ਉਦੋਂ ਫਿਰ 2 ਸਾਲ ਬਾਅਦ ਹੋਈ ਆ, ਅਤੇ ਉਦੋਂ ਐਡਾ ਨੁਕਸਾਨ ਨਹੀਂ ਸੀ, ਹੁਣ ਫਿਰ ਦੁਬਾਰਾ ਤੀਜਾ ਜਾਣ ਸਾ। ਉੱਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਗੁਰਾਇਆ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਬੀੜ ਵਾਸੀਆਂ ਤੋਂ ਰੁੜਕੇ ਰੋਡ 'ਤੇ ਕਮਾਦ ਦੇ ਵਿੱਚੋਂ ਮਿਲਿਆ ਇੱਕ LCD ਸੀਗੀ, ਅਤੇ ਇੱਕ ਟੂਟੀਆਂ ਖੋਲ੍ਹੀਆਂ ਸੀਗੀਆਂ, ਬੈਗ ਦੇ ਵਿੱਚ ਇੱਕ ਖਾਲੀ ਸ਼ਰਾਬ ਦੀ ਬੋਤਲ ਸੀ ਥੋੜ੍ਹੀ ਜਿਹੀ, ਤਾਂ ਉਹ ਮਿਲਿਆ ਸਮਾਨ। ਇੱਕ ਬੰਦਾ ਦੇਖ ਬਾਹਰ ਲੈਟਰਨ ਜੰਗਲ ਪਾਣੀ ਗਿਆ ਤਾਂ ਉਹਨੇ ਦੇਖਿਆ, ਉਹਨੇ ਫਿਰ ਜਿਹੜੇ ਇੱਕ ਬੈਟਰੀ ਸੀ ਗੱਡੀ ਦੀ, ਤਾਂ ਉਹ ਸਾਨੂੰ ਸੱਦਿਆ, ਅਸੀਂ ਜਾ ਕੇ ਉੱਥੋਂ ਬਰਾਮਦ ਕੀਤਾ। ਕਿੱਥੋਂ ਚੋਰੀ ਹੋਇਆ? ਇਹ ਪਤਾ ਲੱਗਾ ਸਾਨੂੰ ਬਾਅਦ 'ਚ ਵੀ ਇਹ ਜਿਹੜਾ ਚੋਰੀ ਹੋਇਆ ਬੀੜਵਾਂਸੀਆਂ ਤੋਂ ਕੋਠੀ ਆ, ਇਹ ਗੁਰਦਿਆਲ ਬਹਾਦਰ ਸਿੰਘ ਦੀ, ਇਹ ਬਾਹਰ ਰਹਿੰਦੇ ਆ, ਕੋਠੀ ਖਾਲੀ ਆ, ਬੰਦ ਆ ਭਾਈ ਜੀ, ਉੱਥੋਂ ਇਹ ਚੋਰੀ ਹੋਇਆ, ਟੁੱਟੀਆਂ ਖੁੱਲੀਆਂ, ਦੇਖੀ ਚੈੱਕ ਕੀਤਾ। ਸਮਾਨ ਕਿੱਥੇ? ਹੁਣ ਸਮਾਨ ਅਸੀਂ ਥਾਣੇ ਲੈ ਗਏ। ਗੁਰਾਇਆਂ ਤੋਂ ਮਨੀਸ਼ ਕੌਸ਼ਲ ਦੀ ਰਿਪੋਰਟ। ਦਿਲਾਂ ਦੀ ਸਾਂਝ ਤੇ ਮੁਹੱਬਤਾਂ ਦੇ ਪੈਗਾਮ ਵੰਡਦਾ ਪੰਜਾਬ ਪੰਜਾਬੀਅਤ ਨਾਲ ਭਰਪੂਰ ਸਾਂਝ TV, ਵਿਦੇਸ਼ਾਂ 'ਚ ਬੈਠੇ ਆਪਣਿਆਂ ਨੂੰ ਦੇਸ਼ ਦੀ ਮਿੱਟੀ ਨਾਲ ਜੋੜਦਾ ਸਾਂਝ TV, ਧਾਰਮਿਕ ਪ੍ਰੋਗਰਾਮ, ਸੱਭਿਆਚਾਰਕ ਮੇਲੇ, ਵਿਆਹ ਸ਼ਾਦੀ, ਛਿੰਝ ਮੇਲੇ, ਕਬੱਡੀ ਟੂਰਨਾਮੈਂਟ ਦਾ ਲਾਈਵ ਬ੍ਰੌਡਕਾਸਟ ਦੇਸ਼ ਵਿਦੇਸ਼ ਵਿੱਚ ਕਰਵਾਉਣ ਲਈ DG Cable ਫਗਵਾੜਾ ਅਤੇ ਸਾਂਝ TV ਨਾਲ ਸੰਪਰਕ ਕਰੋ।